ਕੋਰੋਨਾ ਵਾਇਰਸ ਦੀ ਜੋ ਸੈਕੰਡ ਵੇਵ ਹੈ ਜੋ ਬਹੁਤ ਹੀ ਭਿਆਨਕ ਰੂਪ ਲੈ ਕੇ ਇਸ ਟਾਈਮ ਆਈ ਹੈ ਸੋ ਸਰਵੇ ਤੋਂ ਪਹਿਲਾਂ ਚੈਰੀਟੇਬਲ ਟਰੱਸਟ ਨੇ ਉਹਦੇ ਨਾਲ ਫਾਈਟ ਕਰਨ ਲਈ ਮੁਹਿੰਮ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ ਸੋ ਇਸ ਵਾਰੀ ਕੁਛ ਅਸੀਂ ਪਲੈਨ ਇਸ ਤਰ੍ਹਾਂ ਦੇ ਬਣਾਏ ਨੇ ਕਿ ਅੱਜ ਸਾਨੂੰ ਲੋੜ ਹੈ ਆਕਸੀਜਨ ਕੰਸਨਟਰੇਟਰ ਦੀ ਲੋੜ ਹੈ ਸੋ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੋ ਤੋਂ ਚਾਰ ਜਿਹੜੇ ਨੇ ਕੰਸਨਟਰੇਟਰ ਇਹ ਹਰ ਡਿਸਟ੍ਰਿਕਟ ਵਿੱਚ ਜਿਹੜੇ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ ਔਡਰ ਕੀਤੇ ਸੀ ਸਮਾਨ ਸਾਡੇ ਕੋਲ ਆ ਚੁੱਕਾ ਸਾਰਾ ਇਸ ਤੋਂ ਬਾਅਦ ਜਿਹੜੇ ਮੋਰਚਰੀ ਵੈਨ ਹੈਗੇ ਆ ਇਹਨਾਂ ਦੀ ਲੋੜ ਹੈ ਇਹ ਵੀ ਅਸੀਂ ਤਕਰੀਬਨ ਸਾਰੇ ਡਿਸਟ੍ਰਿਕਟ ਵਿੱਚ ਦਿੱਤੀਆਂ ਹੋਈਆਂ ਨੇ ਜਿੱਥੇ ਹੋਰ ਰਿਕੁਆਇਰਮੈਂਟ ਹੈ ਉੱਥੇ ਅਸੀਂ ਦੇ ਰਹੇ ਹਾਂ ਇਹਦੇ ਬਾਅਦ ਜਿਹੜੇ ਸਾਡੇ ਫ੍ਰੀਜ਼ਰ ਬੋਕਸ ਹੈਗੇ ਨੇ ਮੋਰਚਰੀ ਦੇ ਉਹ ਅਸੀਂ ਦੋ ਦੋ ਜਾਂ ਤਿੰਨ ਤਿੰਨ ਜਿਹੜੇ ਬੋਕਸ ਨੇ ਉਹ ਵੀ ਅਸੀਂ ਡਿਸਟ੍ਰਿਕਟ ਵਾਈਜ਼ ਦੇ ਰਹੇ ਹਾਂ ਦੋ ਤਿੰਨ ਡਿਸਟ੍ਰਿਕਟ ਨੂੰ ਦੇ ਚੁੱਕੇ ਹਾਂ ਬਾਕੀ ਅਸੀਂ ਔਡਰ ਕੀਤੇ ਸੀ ਸਾਰੇ ਆ ਗਏ ਨੇ ਸੋ ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਦੋ ਦੋ ਤੋਂ ਘੱਟੋ ਘੱਟ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਉਹ ਅਸੀਂ ਦੇ ਰਹੇ ਹਾਂ ਇਹਦੇ ਨਾਲ ਨਾਲ ਜਿਹੜੀ ਮੈਡੀਸਨ ਜਿਹੜੀ ਸੀ ਅਸੀਂ ਕਿਸਾਨਾਂ ਨੂੰ ਦੇ ਰਹੇ ਸੀ ਸ਼ੁਰੂ ਕੀਤੀ ਸੀ ਹੁਣ ਅਸੀਂ 1 ਲੱਖ ਜਿਹੜਾ ਪੈਕਟ ਹੋਰ ਬਣਾ ਰਹੇ ਹਾਂ ਅਤੇ ਉਹਦੇ ਵਿੱਚ ਸਾਡੀਆਂ 5 ਤਰ੍ਹਾਂ ਦੀਆਂ ਗੋਲੀਆਂ ਜਿਹਨਾਂ 'ਚ ਕਿ ਪੈਰਾਸੀਟਾਮੋਲ ਹੋ ਗਈ ਜਿੰਕ ਹੈ ਵਿਟਾਮਿਨ ਸੀ ਵਿਟਾਮਿਨ ਡੀ ਹੈ ਅਤੇ ਮਲਟੀ ਵਿਟਾਮਿਨ ਹੈ ਸੋ ਇਹ ਜਿਹੜੀਆਂ ਕਿੱਟਾਂ ਨੇ ਇਹ ਵੀ ਅਸੀਂ ਪਿੰਡਾਂ 'ਚ ਦੇ ਰਹੇ ਹਾਂ ਔਰ ਇਹ ਵੀ ਡਿਸਟ੍ਰਿਕਟ ਦੇ ਵਿੱਚ ਤਕਰੀਬਨ 2000 ਤੋਂ ਲੱਗੇ 5000 ਕਿੱਟ ਜਿਹੜੀ ਹੈ ਇਹ ਵੀ ਅਸੀਂ ਕੋਸ਼ਿਸ਼ ਕਰ ਲਈ ਕਿ ਸਾਰਿਆਂ ਨੂੰ ਪਹੁੰਚਾ ਦਈਏ ਇਹ ਤੋਂ ਇਲਾਵਾ ਜਿਹੜੀਆਂ ਆਮ ਚੀਜ਼ਾਂ ਸੀਗੀਆਂ ਜਿਸ ਤਰ੍ਹਾਂ ਕਿ ਪਲਸ ਆਕਸੀਮੀਟਰ ਹੋ ਗਏ ਇਨਫਰਾਰੈਡ ਥਰਮਾਮੀਟਰ ਹੋ ਗਏ ਡਿਜੀਟਲ ਥਰਮਾਮੀਟਰ ਨੇ ਪੀਪੀ ਕਿੱਟਾਂ ਨੇ ਮਾਸਕ ਹੋ ਗਏ ਸੈਨੇਟਾਈਜ਼ਰ ਹੋ ਗਏ ਸੋ ਇਹ ਵੀ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਕਰੋਨਾ ਦੇ ਵਿੱਚ ਸਾਰਿਆਂ ਨੂੰ ਦਿੱਤੇ ਸੀ ਈਵਨ ਹੋਸਪਿਟਲਾਂ ਨੂੰ ਲੋੜ ਸੀ ਜਾਂ ਮੈਡੀਕਲ ਕਾਲਜਿਸ ਨੂੰ ਲੋੜ ਸੀ ਸੋ ਇਸ ਤਰੀਕੇ ਨਾਲ ਆਪਾਂ ਸ਼ੁਰੂ ਕਰ ਦਿੱਤਾ ਅਤੇ ਇਹ ਵੀ ਅਸੀਂ ਹਫ਼ਤੇ 10 ਦਿਨ ਦੇ ਅੰਦਰ ਅੰਦਰ ਸਾਰਾ ਜਿਹੜਾ ਪੰਜਾਬ ਅਸੀਂ ਇਹਨੂੰ ਕਵਰ ਕਰ ਦਿਆਂਗੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 10-12 ਦਿਨ ਪਹਿਲੇ ਜਿਹੜਾ ਇੱਕ ਡਿਸੀਜ਼ਨ ਲਿਆ ਗਿਆ ਸੀ ਕਿ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਹੋਇਆਂ ਕਿ ਦਿੱਲੀ ਦੇ ਹਾਲਾਤ ਅਸੀਂ ਦੇਖੇ ਨੇ ਆਕਸੀਜਨ ਦੀ ਬੜੀ ਸ਼ੋਰਟੇਜ ਸੀ ਆਹਿਸਤਾ ਜਿਹੜੇ ਪੇਸ਼ੈਂਟ ਨੇ ਉਹ ਸਾਰੇ ਪੰਜਾਬ ਵਾਲੇ ਪਾਸੇ ਜਾਈ ਜਾਂਦੇ ਨੇ ਹੋਸਪਿਟਲਾਂ ਵਿੱਚ ਸੋ ਉੱਥੇ ਵੀ ਹੁਣ ਇਹ ਪੁਜੀਸ਼ਨ ਹੈ ਕਿ ਆਕਸੀਜਨ ਦੀ ਕਮੀ ਉੱਥੇ ਵੀ ਹੈ ਅਤੇ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਅਸੀਂ ਫੈਸਲਾ ਕੀਤਾ ਸੀ ਕਿ 10 ਪਲਾਂਟ ਲਾਵਾਂਗੇ ਪਹਿਲਾਂ ਸਰਕਾਰ ਨਾਲ ਮਿਲ ਕੇ ਲੇਕਿਨ ਕੋਈ ਉਹਨਾਂ ਦੀਆਂ ਮਜਬੂਰੀਆਂ ਨੇ ਜਾਂ ਕੋਈ ਤਰੀਕਾ ਨਹੀਂ ਬਣ ਰਿਹਾ ਕਿ ਜਿਹੜਾ ਪਲਾਂਟ ਅਸੀਂ ਇਕੱਠਿਆਂ ਕਰਕੇ ਲਾ ਸਕੀਏ ਉਹ ਪੇਮੈਂਟ ਦੇ ਸਕਣ ਫਿਰ ਟਰੱਸਟ ਨੇ ਫੈਸਲਾ ਕੀਤਾ ਕਿ ਅਸੀਂ 5 ਪਲਾਂਟ ਜਿਹੜੇ 100% ਟਰੱਸਟ ਵੱਲੋਂ ਉਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪਹਿਲਾ ਪਲਾਂਟ ਜਿਹੜਾ ਸਾਡਾ ਉਹ ਪਹਿਲੇ ਹਫ਼ਤੇ ਜੂਨ ਦੇ ਵਿੱਚ ਆ ਜਾਏਗਾ ਇਸ ਤੋਂ ਬਾਅਦ 4 ਪਲਾਂਟ ਸਾਡੇ ਜਿਹੜੇ ਜੂਨ ਮਹੀਨੇ 'ਚ ਇੰਸਟਾਲ ਅਸੀਂ ਕਰ ਦਾਂਗੇ ਜਿਹੜੇ ਕਿ ਆਕਸੀਜਨ ਜਿਹੜੀ ਹੈ ਪ੍ਰੋਡਕਸ਼ਨ ਸ਼ੁਰੂ ਕਰ ਦੇਣਗੇ